ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਹੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਮੋਗੇ। ਦੋਸਤੋ, ਦੱਸਣਾ ਚਾਹੁੰਦਾ ਕਿ ਚੰਦ ਸਿੱਕਿਆਂ ਦੀ ਖਾਤਰ ਦੂਸਰਿਆਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਆਖਰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਹ ਚੰਦ ਪੈਸੇ ਕਮਾਉਣ ਦੀ ਖਾਤਰ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਨੇ। ਕਦੇ ਕਿਸੇ ਨਾਲ ਚੋਰੀ ਕਰਦੇ ਨੇ, ਕਦੇ ਕਿਸੇ ਦੇ ਘਰ ਡਾਕਾ ਮਾਰਦੇ ਨੇ, ਕਦੇ ਕੁਛ ਤਾਂ ਕਦੇ ਕੁਛ। ਔਰ ਇਹਨਾਂ ਦਿਨਾਂ ਵਿੱਚ ਤੁਸੀਂ ਵੇਖਿਆ ਹੋਣਾ ਕਿ ਬਾਜ਼ਾਰਾਂ ਦੇ ਵਿੱਚ ਕੋਈ ਵੀ ਚੀਜ਼ ਲੈਣ ਤੋਂ ਪਹਿਲਾਂ ਸਾਡੇ ਦਿਲ ਦੇ ਵਿੱਚ ਇੱਕ ਸ਼ੱਕ ਜ਼ਰੂਰ ਹੁੰਦੀ ਹੈ ਕਿ ਜਿਹੜੀ ਚੀਜ਼ ਅਸੀਂ ਖਰੀਦ ਰਹੇ ਹਾਂ, ਬੇਸ਼ੱਕ ਉਹ ਦੁੱਧ ਹੈ ਜਾਂ ਉਹ ਸਮਾਨ ਹੈ, ਕੀ ਉਹ ਮਤਲਬ ਸਹੀ ਹੈ ਜਾਂ ਉਹ ਕਿਤੇ ਡੁਪਲੀਕੇਟ ਤਾਂ ਨਹੀਂ ਹੈ। ਆਏ ਦਿਨ ਖਬਰਾਂ ਆਉਂਦੀਆਂ ਨੇ ਕਿ ਫਲਾਨੀ ਜਗ੍ਹਾ ਤੋਂ ਇੰਨੇ 100 ਲੀਟਰ ਨਕਲੀ ਘਿਓ ਬਰਾਮਦ ਹੋਇਆ, ਨਕਲੀ ਖੋਆ ਬਰਾਮਦ ਹੋਇਆ, ਨਕਲੀ ਪਨੀਰ ਬਰਾਮਦ ਹੋਇਆ, ਲੇਕਿਨ ਮੋਗਾ ਪੁਲਿਸ ਨੂੰ ਮਿਲੀ ਆ ਬਹੁਤ ਵੱਡੀ ਪ੍ਰਾਪਤੀ। ਆਖਿਰਕਾਰ ਉਹਨਾਂ ਨੇ ਇੱਕ ਅਜਿਹੇ ਸ਼ਖਸ ਦਾ ਭਾਂਡਾ ਫੋੜਿਆ ਹੈ ਜੋ ਕਿ ਅਲੱਗ ਅਲੱਗ ਸਮਾਨ ਮਿਲਾ ਕੇ ਬਣਾਉਂਦਾ ਸੀ ਨਕਲੀ ਦੁੱਧ। ਮਤਲਬ ਜਿਸ ਸਮਾਨ ਦਾ ਉਹ ਇਸਤੇਮਾਲ ਕਰਦਾ ਸੀ ਉਹ ਸਿੱਧੇ ਦਾ ਸਿੱਧਾ ਸਾਡੀ ਸਿਹਤ ਦੇ ਨਾਲ ਖਿਲਵਾੜ ਕਰਦਾ ਸੀ। ਇਹ ਪੂਰੀ ਖਬਰ ਕੀ ਹੈ, ਚੱਲਦੇ ਹਾਂ ਮੋਗੇ ਜਿੱਥੋਂ ਬਿੱਟੂ ਪੂਰਵਾ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਬਿੱਟੂ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਹਾਂਜੀ, ਮੈਂ ਦੱਸਣਾ ਚਾਹੁੰਦਾ ਕਿ ਥੋਕਲ ਪਿੰਡ ਚੌਂਕੀ ਦੇ ਇੰਚਾਰਜ ਜਸਵੰਤ ਸਿੰਘ ਨੂੰ ਇਸ ਬਾਰੇ ਭਿਣਕ ਮਿਲੀ ਸੀ ਮੁਕਬਰ ਤੋਂ। ਪਤਾ ਲੱਗਿਆ ਸੀ ਕਿ ਉੱਥੇ ਕੋਠੜੀ ਦੇ ਵਿੱਚ ਕੁਛ ਛੁਪਾ ਕੇ ਰੱਖਿਆ ਹੋਇਆ। ਇੱਕ ਕੋਠੇ ਪੱਤੀ ਮੁਹੱਬਤ ਦੇ ਵਿੱਚ ਇੱਕ ਮੋਟਰ ਤੇ ਕੋਠੜੀ ਬਣੀ ਹੋਈ ਸੀ ਜੀ। ਜਦ ਪੁਲਿਸ ਨੇ ਉੱਥੇ ਜਾ ਕੇ ਛਾਪਾ ਮਾਰਿਆ ਤਾਂ ਉਸਦੇ ਵਿੱਚੋਂ ਕੁਛ ਲਿਕੁਇਡ ਨੁਮਾ ਚੀਜ਼ਾਂ ਬਰਾਮਦ ਹੋਈਆਂ। ਉਹਨਾਂ ਨੇ ਇੰਝ ਲੱਗਿਆ ਕਿ ਜਿਵੇਂ ਇਹ ਕੁਛ ਖਾਣ ਪੀਣ ਦੀਆਂ ਸਮਾਨ ਹੈਗਾ। ਉਹਨਾਂ ਨੇ ਸਿਹਤ ਵਿਭਾਗ ਦੇ ਇੰਸਪੈਕਟਰ ਨੂੰ ਬੁਲਾਇਆ। ਸਿਹਤ ਸੰਸਥਾ ਦਾ ਇੰਸਪੈਕਟਰ ਮੌਕੇ ਤੇ ਆਇਆ, ਉਹਨਾਂ ਨੇ ਦੇਖਿਆ, ਜਾਂਚ ਕੀਤੀ ਤਾਂ ਇਹ ਜਿਹੜੇ 20 ਪੀਪੇ 20-20 ਕਿਲੋ ਦੇ ਲਿਕੁਇਡ ਗਲੂਕੋਜ਼ ਹੈ, ਇੱਕ ਡਰਮ ਜਿਹੜਾ 220 ਲੀਟਰ ਦਾ ਹੁੰਦਾ ਜੀ, ਉਹ ਦੇ ਵਿੱਚ ਕੋਕੋਨਟ ਆਇਲ ਪਾਇਆ ਹੋਇਆ ਤੇ ਇੱਕ ਪਾਮ ਆਇਲ ਦੇ ਵੀ 7 ਪੀਪੇ ਬਰਾਮਦ ਹੋਏ ਆ ਜੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਤੇ ਪਹਿਲਾਂ ਵੀ ਪਰਚਾ ਜੀ ਮੈਦਾਨ ਡੈਰੀ ਵਾਲੇ ਵੱਜਦੇ ਆ ਜੀ, ਇਹਨਾਂ ਤੇ ਪਹਿਲਾਂ ਵੀ ਇੱਕ ਪਰਚਾ ਚੱਲ ਰਿਹਾ ਸਿਹਤ ਵਿਭਾਗ ਵੱਲੋਂ ਤੇ ਹੁਣ ਫੇਰ ਇਹ ਸਮਾਨ ਵੇਚਦੇ ਸੀ। ਮੌਕੇ ਤੇ ਕੋਈ ਵੀ ਬਿੱਲ ਪੇਸ਼ ਨਹੀਂ ਕਰ ਪਾਏ ਵਿਭਾਗ ਵੱਲੋਂ, ਸੈਂਪਲ ਭਰ ਲਏ ਗਏ ਆ ਜੀ। ਪੁਲਿਸ ਵੱਲੋਂ ਵੀ ਇਹਨਾਂ ਤੇ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ ਜੀ। ਲੇਕਿਨ ਬਿੱਟੂ ਜੀ, ਪਹਿਲਾਂ ਵੀ ਇਸ ਤਰ੍ਹਾਂ ਦਾ ਕੇਸ ਸੀ, ਲੇਕਿਨ ਇਸ ਸਮਾਨ ਦਾ ਹੁਣ ਕੀ ਤਿਆਰ ਕਰਨਾ ਸੀ ਇਹਨਾਂ ਨੇ, ਕੁਝ ਪਤਾ ਲੱਗ ਸਕਿਆ ਜੀ? ਇਸ ਸਮਾਨ ਤੋਂ ਇਹ ਦੁੱਧ ਤੇ ਘਿਓ ਤਿਆਰ ਕਰਦੇ ਆ ਜੀ, ਜਿਹੜਾ ਕਿ ਲੋਕਾਂ ਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ, ਉਹੀ ਕਿਤੇ ਨਾ ਕਿਤੇ ਘੁੰਮ ਘੁਮਾ ਕੇ ਇਹਨਾਂ ਦਰਿੰਦਿਆਂ ਦੇ ਘਰਾਂ ਦੇ ਵਿੱਚ ਵੀ ਪਹੁੰਚਦਾ, ਪਰ ਲੋਕ ਫਿਰ ਵੀ ਸਮਝਦੇ ਨਹੀਂ। ਚੰਦ ਪੈਸਿਆਂ ਦੀ ਖਾਤਰ ਲੋਕਾਂ ਦੀਆਂ ਜ਼ਿੰਦਗੀਆਂ ਦਾ ਖਿਲਵਾੜ ਕਰਦੇ ਆ। ਲੇਕਿਨ ਬਿੱਟੂ ਜੀ, ਇੱਕ ਪ੍ਰਸ਼ਨ ਹੋ ਰਿਹਾ ਕਿ ਇਹਨਾਂ ਵਿੱਚੋਂ ਕਿੰਨੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ? ਇਹਨਾਂ ਵਿੱਚੋਂ 2 ਬੰਦਿਆਂ ਨੂੰ ਸਰ ਇਹਨਾਂ ਨੇ ਆਪਣਾ ਨੋਟਿਸ ਭੇਜਿਆ ਹੈਗਾ, ਜਿਹਨਾਂ ਨੂੰ ਕਿਹਾ ਕਿ ਸੈਂਪਲ ਆਉਣ ਤੱਕ, ਜਿੰਨਾ ਚਿਰ ਸੈਂਪਲ ਨਹੀਂ ਆਉਂਦੇ ਉਹਨਾਂ ਚਿਰ ਇਹ ਬਾਹਰ ਰਹਿਣਗੇ। ਜਦੋਂ ਸੈਂਪਲਾਂ ਦਾ ਰਿਜ਼ਲਟ ਆ ਗਿਆ ਇਹਨਾਂ ਦੇ, ਜੋ ਬਣਦੀ ਵਿਭਾਗੀ ਕਾਰਵਾਈ ਪੁਲਿਸ ਵੀ ਕਰੂਗੀ ਸਰ ਤੇ ਸਿਹਤ ਵਿਭਾਗ ਵੀ ਕਰੂਗਾ ਜੀ। ਸੋ ਬਿੱਟੂ ਪੂਰਵਾ ਜੀ ਨੇ ਪੁਲਿਸ ਆਫਿਸਰ ਦੇ ਨਾਲ ਗੱਲਬਾਤ ਕੀਤੀ ਹੈ, ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਸੈਂਪਲ ਲਿਆ, ਜਿਨ੍ਹਾਂ ਨੇ ਲੈਬੋਰਟਰੀ ਵਿੱਚ ਭੇਜਿਆ। ਬਿਲਕੁਲ ਠੀਕ ਹੈ, ਜਦੋਂ ਤੱਕ ਰਿਪੋਰਟ ਨਹੀਂ ਆਉਂਦੀ ਔਰ ਉਦੋਂ ਤੱਕ ਕੋਈ ਵੀ ਕਾਰਵਾਈ ਨਹੀਂ ਹੋਏਗੀ, ਲੇਕਿਨ ਰਿਪੋਰਟ ਕਿਸ ਤਰ੍ਹਾਂ ਦੀ ਆਉਂਦੀ ਹੈ ਉਸ ਤੋਂ ਬਾਅਦ ਜਿਹੜੀ ਵਿਭਾਗੀ ਕਾਰਵਾਈ ਉਹ ਕਰਨਗੇ। ਗੱਲਬਾਤ ਦੌਰਾਨ ਕੀ ਕਿਹਾ ਤੁਸੀਂ ਖੁਦ ਸੁਣ ਸਕਦੇ ਹੋ। ਮੋਤੀ ਮੁਹੱਬਤ ਦੇ ਵਿੱਚ ਤੁਸੀਂ ਆਏ ਹੋ, ਕੀ ਇੱਥੇ ਕਾਰਨ ਜੀ? ਇੱਥੇ ਸਾਨੂੰ ਤਲਾਹ ਮਿਲੀ ਸੀ, ਸੂਚਨਾ ਮਿਲੀ ਸੀ ਕਿ ਇੱਕ ਸੁਖਬੀਰ ਸਿੰਘ ਦੀ ਕੋਠੜੀ ਹੈ ਖੇਤ 'ਚ ਬੰਦ, ਉਹਦੇ ਵਿੱਚ ਕੋਈ ਚੱਕੀ ਸਮਾਨ ਸੀਗਾ, ਚੀਕਾਂ ਦੇ ਵਿੱਚ ਬੰਦ ਹੈ। ਉਹਦੇ ਬਾਰੇ ਤਲਾਹ ਮਿਲੀ ਸੀ, ਤੁਸੀਂ ਪਤਾ ਕਿਤੇ ਜਾ ਕੇ ਤੋਂ ਚੀਕੇ ਬੰਦ ਸੀਗੇ, ਬੰਦ ਚੀਕਾਂ ਦੇ ਵਿੱਚ ਸਾਨੂੰ ਚੱਕ ਕੋਈ ਖਾਣ ਪੀਣ ਵਾਲੀ ਚੀਜ਼ ਲੱਗਦੀ ਹੈ ਕੋਈ, ਫਿਰ ਸਿਹਤ ਵਿਭਾਗ ਨੂੰ ਫੋਨ ਕਰਤਾ, ਉਹ ਫੋਨ ਅਸੀਂ ਆਪ ਇੰਸਪੈਕਟਰ ਸਾਹਿਬ ਆ ਗਏ ਆ, ਡਾਕਟਰ ਸਾਹਿਬ ਦੀ ਜਾਂਚ ਕਰ ਰਹੇ ਆ, ਸੈਂਪਲ ਇਹਨਾਂ ਲੈ ਲਏ ਆ, ਸਮਾਨ ਕਬਜ਼ ਉਹਨਾਂ ਨੇ ਲੈ ਲਿਆ। ਕੁਛ ਮੁੱਢਲੀ ਜਾਂਚ ਪਤਾ ਲੱਗਿਆ ਵੀ ਤਾਂ ਇਹ ਕੀ ਕਰਦੇ ਸੀ ਜੀ? ਇਹ ਕਹਿੰਦੇ ਅਸੀਂ ਗਾਹਕ ਸੇਵਾ ਪ੍ਰੋਜੈਕਟ ਕਰਦੇ, ਪਰ ਡਾਕਟਰ ਸਾਹਿਬ ਉਹਨੂੰ ਕੋਈ ਲਾਇਸੈਂਸ ਨਹੀਂ ਦਿਖਾ ਸਕੇ, ਕੋਈ ਚੀਜ਼ ਵੇਚਣੀ ਕਿਤੇ ਕੋਈ ਪ੍ਰੂਫ ਨਹੀਂ ਦੇ ਸਕੇ। ਧੰਨਵਾਦ। ਛਾਪੇਮਾਰੀ ਕੀਤੀ ਗਈ ਹੈ ਜੀ, ਕੀ ਕਾਰਵਾਈ ਹੈ, ਕੀ ਬਰਾਮਦ ਹੈ ਸਰ? ਕਾਰਵਾਈ ਪੁਲਿਸ ਦੀ ਸੂਚਨਾ ਦੇ ਆਧਾਰ 'ਤੇ ਅਸੀਂ ਅੱਜ ਪੱਤੀ ਮੁਹੱਬਤ ਇੱਥੇ ਇੱਕ ਟਿਊਬਵੈਲ ਹੈ, ਟਿਊਬਵੈਲ ਦੇ ਵਿੱਚ ਕੋਈ ਸਮਾਨ ਇਹਨਾਂ ਨੂੰ ਬਰਾਮਦ ਹੋਇਆ, ਉਹਦੇ ਵਿੱਚ ਕੁਛ ਜਿਹੜੇ ਇਹਦੇ ਮਾਲਕ ਆ ਸੁਨੀਲ ਮਦਾਨ, ਉਹਨਾਂ ਦਾ ਇਹ ਸਮਾਨ ਹੈ। ਉਹਨਾਂ ਨੇ ਕਿਹਾ ਜੀ ਅਸੀਂ ਅੱਗੇ ਸੇਲ ਕਰਦੇ ਹਾਂ, ਸੇਲ ਕਰਨ ਵਾਸਤੇ ਰੱਖਿਆ ਇਹਨਾਂ ਦੇ ਕਿਨ ਮੁਤਾਬਕ ਗਲੂਕੋਜ਼ ਆ ਅਤੇ ਪੋਮੋਲ ਆ, ਅਤੇ ਉਹਨੂੰ ਆਪਾਂ ਸੈਂਪਲ ਲੈ ਕੇ ਲੈਬ 'ਚ ਭੇਜਾਂਗੇ ਅਤੇ ਜੋ ਉਹਦੇ 'ਤੇ ਰਿਪੋਰਟ ਆਏਗੀ ਰਿਪੋਰਟ 'ਤੇ ਫਿਰ ਬਣਦੀ ਕਾਰਵਾਈ ਹੋਏਗੀ। ਬਾਕੀ ਜਿਹੜੀ ਇਨਵੈਸਟੀਗੇਸ਼ਨ ਪੁਲਿਸ ਆਪਣੇ ਪੱਧਰ 'ਤੇ ਕਰੇਗੀ, ਉਹਨਾਂ ਨਾਲ ਮਿਲ ਕੇ ਫਿਰ ਆਪਾਂ ਜੋ ਵੀ ਕਾਰਵਾਈ ਹੋਏਗੀ ਕਰਾਂਗੇ। ਸਰ ਕਿੰਨਾ ਕੁਛ ਫੜਿਆ ਗਿਆ ਜੀ?
ਫੜਿਆ ਕਿ 20 ਪੀਪੇ ਗਲੂਕੋਜ਼ ਲਿਕੁਇਡ ਗਲੂਕੋਜ਼ ਆ ਪਲਾਸਟਿਕ ਛੇ ਛੇ ਟੀਨ ਉਹਦੇ ਪਾਮ ਆਇਲ ਦੇ ਅਤੇ ਇੱਕ ਵੱਡਾ ਡਰੰਮ ਹੈ 200 ਲੀਟਰ ਦਾ ਪਾਮ ਆਇਲ ਦਾ। ਸਰ ਇਹਨਾਂ ਨੇ ਮੰਨਿਆ ਕੁਛ ਵੀ ਕੀ ਬਣਾਉਂਦੇ ਸੀ ਇਹਦਾ? ਨਹੀਂ ਇਹ ਕਹਿੰਦੇ ਅਸੀਂ ਤਾਂ ਸੇਲ ਕਰਦੇ ਸਕੇ, ਪਰ ਇਹਨਾਂ ਕੋਲ ਫਿਲਹਾਲ ਤਾਂ ਕੋਈ ਲਾਇਸੈਂਸ ਨਹੀਂ ਹੈਗਾ ਸੇਲ ਵਾਸਤੇ ਨਾ ਪਰਚੇਜ਼ ਵਾਸਤੇ ਆ। ਤੋ ਬਾਕੀ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਉਸਦੇ ਆਧਾਰ 'ਤੇ, ਅਤੇ ਬਾਕੀ ਸੈਂਪਲ ਰਿਪੋਰਟ ਦੇ ਉੱਤੇ ਜੋ ਹੋਏਗਾ ਉਹ 'ਤੇ ਕਾਰਵਾਈ ਹੋਏਗੀ। ਧੰਨਵਾਦ। ਸੋ ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।